ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ ਤੇ ਗੱਲ ਕਰੀਏ ਰੁੱਕ ਕਰੀਏ ਪੰਜਾਬ ਦੇ ਪੰਥਕ ਮਸਲਿਆਂ ਦਾ। ਰਿਪੋਰਟ ਜਿਹੜੀ ਕਿਹਾ ਗਿਆ ਸੀਗਾ ਅਜਨਾਲਾ ਥਾਣੇ ਦੇ ਵਿੱਚ ਜੋ ਘਟਨਾਕ੍ਰਮ ਵਾਪਰਿਆ ਸੀਗਾ, ਹਰ ਇੱਕ ਆਈਡੀਓਲੋਜੀ ਨੇ, ਹਰ ਇੱਕ ਨਿਊਜ਼ ਪ੍ਰੈਜੈਂਟਰ ਨੇ ਉਹਨੂੰ ਆਪਣੇ ਆਪਣੇ ਤਰੀਕੇ ਨਾਲ, ਜਿਸ ਨੂੰ ਵੀ ਉਹ ਸਮਰਪਿਤ ਹੈ, ਉਸ ਤਰੀਕੇ ਨਾਲ ਉਸ ਘਟਨਾ ਨੂੰ ਪੇਸ਼ ਕੀਤਾ। ਬਹੁਤੇ ਲੋਕਾਂ ਨੇ ਇਹਦੇ ਵਿੱਚ ਨਿਊਟਰਲ ਸੈਂਟਰਲ ਹੋ ਕੇ ਵੀ ਗੱਲ ਕੀਤੀ ਕਿ ਭਾਈ ਕਿਸੇ ਨੂੰ ਜਦੋਂ ਪੁਲਿਸ ਕਹਿ ਰਹੀ ਹੈ ਕਿ ਕੇਸ ਝੂਠਾ ਸੀਗਾ ਤਾਂ ਫਿਰ ਉਹਨੂੰ ਰੱਦ ਕਰਨਾ ਹੀ ਪੈਣਾ ਸੀਗਾ। ਖੈਰ, ਕਿਉਂਕਿ ਮਸਲਾ ਪੰਥਕ ਸੀ, ਇਸ ਕਰਕੇ ਬਹੁਤੇ ਲੋਕ ਸ਼ਬਦਾਵਲੀ ਤੇ ਸੰਕੋਚ ਕਰਕੇ ਬੋਲ ਰਹੇ ਸਨ, ਜਿਹੜਾ ਕਿ ਚਲੋ ਇੱਕ ਢੰਗ ਨਾਲ ਸੁਣਦਾ ਵੀ ਹੈ। ਹੁਣ ਰਿਪੋਰਟ ਤਾਂ ਸੀਲ ਬੰਦ ਹੈ ਸ਼ਰਮਾ ਜੀ, ਪਰ ਰਿਪੋਰਟ ਜਿਹੜੀ ਗੱਲ ਵੱਲ ਇਸ਼ਾਰਾ ਕਰ ਰਹੀ ਹੈ ਕਿ ਉਹ ਸੱਚ ਹੈ, ਦੱਸਿਓ ਜ਼ਰੂਰ। ਫੈਸਲਾ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੁਣ ਧਰਨੇ ਮੁਜ਼ਾਹਰਿਆਂ ਵਾਲੀਆਂ ਥਾਵਾਂ ਤੇ ਨਹੀਂ ਲਿਜਾਇਆ ਜਾ ਸਕੇਗਾ। ਪ੍ਰਵੀਨ ਜੀ, ਅਸਲ ਦੇ ਵਿੱਚ ਤੁਸੀਂ ਜਿਵੇਂ ਕਿਹਾ ਕਿ ਜਿਹੜੀ ਰਿਪੋਰਟ ਹੈ ਉਹ ਤਾਂ ਸੀਲਬੰਦ ਹੈ, ਜੀ ਜੀ, ਫਿਰ ਇਹ ਚਰਚਾ ਕਿੱਥੋਂ ਆ ਰਹੀ ਹੈ? ਪ੍ਰਵੀਨ ਜੀ, ਜਿਹੜਾ ਬੰਦਾ ਨਾ ਮਤਲਬ ਕਿਸੇ ਨਾਲ ਲੈਣ ਦੇਣ ਕਰਦਾ ਜਦੋਂ ਨੋਟਾਂ ਦਾ, ਹਾਂਜੀ, ਤੇ ਜੇ ਤੁਹਾਡੇ ਹੱਥ ਚ ਅਸੀਂ ਪੈਸੇ ਦੀ ਗੱਦੀ ਫੜਾਈਏ, ਚਾਹੇ ਤੁਹਾਨੂੰ ਨੋਟ ਦੇਖਣੇ ਆਉਂਦੇ ਹੋਣ, ਪਰਖਣੇ ਆਉਂਦੇ ਹੋਣ, ਨਾ ਆਉਂਦੇ ਹੋਣ, ਤੁਸੀਂ ਸਾਹਮਣੇ ਵਾਲੇ ਬੰਦੇ ਨੂੰ ਜਚਾਉਣ ਲਈ ਨਾ ਐ ਲੈਟ ਜੀ ਕਦੀ ਨੂੰ 500 ਦਾ, 1000 ਦਾ ਨੋਟ ਜ਼ਰੂਰ ਕਰੋਗੇ, 2000 ਦਾ ਨੋਟ, ਕਿ ਦੇਖਾਂ ਚ ਤਾਰ ਜੀ ਦਿਖਦੀ ਹੈ, ਇਹ ਚ ਉਹ ਫੋਟੋ ਜੀ ਦਿਖਦੀ ਹੈ, ਇਹ ਮਾਰਕ ਦਿਖਦਾ। ਸੋ ਇਸ ਲਈ ਲੋਕ ਇਹ ਜਚਾਉਣਾ ਚਾਹੁੰਦੇ ਕਿ ਮੈਨੂੰ ਪਤਾ ਹੈ ਕਿ ਨੋਟ ਅਸਲੀ ਹੈ ਕਿ ਨਕਲੀ, ਮੈਨੂੰ ਦੇਖਣਾ ਆਉਂਦਾ। ਠੀਕ ਹੈ, ਉਸੇ ਤਰ੍ਹਾਂ ਜਦੋਂ ਇਹ ਸੀਲਬੰਦ ਰਿਪੋਰਟ ਕਮੇਟੀ ਮੈਂਬਰਾਂ ਤੋਂ ਤੁਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਤੱਕ ਪਹੁੰਚੀ, ਉਸ ਦਿਨ ਜਿਹਦਾ ਜਿਹਦਾ ਵੀ ਹੱਥ ਲੱਗਿਆ ਉਹਨੇ ਬੰਦ ਲਿਫਾਫੇ ਨੂੰ ਵੀ ਐਂ ਦੇਖਣ ਦੀ ਕੋਸ਼ਿਸ਼ ਕੀਤੀ, ਮੈਂ ਇਹਦੇ ਅੰਦਰੋਂ ਹੀ ਪੜ੍ਹ ਲਵਾਂ। ਜੀ ਜੀ, ਬਿਲਕੁਲ ਬਿਲਕੁਲ ਸਹੀ ਹੈ। ਸੋ ਉਸ ਪੜ੍ਹਨ ਪੜਾਉਣ ਦੇ ਵਿੱਚੋਂ ਇਹ ਤੱਥ ਬਾਹਰ ਨਿਕਲ ਰਿਹਾ, ਉਸ ਜਾਣਕਾਰੀਆਂ ਚੋਂ ਇਹ ਤੱਥ, ਗੱਲਾਂ ਬਾਤਾਂ ਚੋਂ ਇਹ ਤੱਥ ਬਾਹਰ ਨਿਕਲ ਰਹੇ ਨੇ। ਜੀ, ਤੱਥ ਇਹ ਨਿਕਲ ਰਹੇ ਨੇ ਕਿ ਬਿਲਕੁਲ ਜੀ ਉਹ ਸੀਲਬੰਦ ਰਿਪੋਰਟ ਦੇ ਵਿੱਚ ਕਮੇਟੀ ਨੇ ਕਹਿੰਦੇ ਇਹੋ ਫੈਸਲਾ ਲਿਖ ਕੇ ਜਥੇਦਾਰ ਸਾਹਿਬ ਨੂੰ ਰਿਪੋਰਟ ਸੌਂਪੀ ਆ ਕਿ ਜੀ ਪਾਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਧਰਨੇ, ਮੁਜ਼ਾਹਰੇ, ਕਬਜ਼ੇ, ਝਗੜੇ, ਇਹਨਾਂ ਵਿਵਾਦਾਂ ਵਾਲੀਆਂ ਥਾਵਾਂ ਦੇ ਉੱਤੇ ਲਿਜਾਣਾ ਬਿਲਕੁਲ ਗੈਰ ਕਾਨੂੰਨੀ ਹੈ, ਠੀਕ ਹੈ, ਬਿਲਕੁਲ ਸਾਡੀ ਮਰਿਆਦਾ ਅਨੁਸਾਰ ਉਲਟ ਹੈ। ਇਸ ਲਈ ਉਹਨਾਂ ਥਾਵਾਂ ਤੇ ਨਹੀਂ ਲਿਜਾਣਾ ਚਾਹੀਦਾ ਤਾਂ ਕਿ ਉਹਦਾ ਰੁਤਬਾ, ਉਹਦਾ ਸਤਿਕਾਰ ਉਹ ਬਣਿਆ ਰਹੇ। ਤੇ ਇਸ ਦੇ ਲਈ ਕਹਿੰਦੇ ਕਮੇਟੀ ਇੱਕ ਮੱਤ ਹੋ ਕੇ ਫੈਸਲਾ ਸੁਣਾਇਆ, ਬੇਸ਼ੱਕ ਇਹ ਬੰਦ ਲਿਫਾਫੇ ਚੋਂ ਆ ਰਹੀ ਇਹ ਮਤਲਬ ਹਵਾ ਦੇ ਹਵਾਲੇ ਨਾਲ ਹੈ, ਅਜੇ ਲਿਫਾਫਾ ਖੁੱਲਣਾ। ਖਾਸ ਗੱਲ ਜਿਹੜੀ ਹੈਗੀ ਆ ਪ੍ਰਵੀਨ ਜੀ, ਉਹ ਗੌਰ ਕਰਨ ਵਾਲੀ ਇਹ ਹੈ ਕਿ ਇਹਦੇ ਵਿੱਚ ਕੋਆਰਡੀਨੇਟਰ ਬਣਾਏ ਗਏ ਸੀ ਕਰਨੈਲ ਸਿੰਘ ਪੀਰ ਮੁਹੰਮਦ। ਕਰਨੈਲ ਸਿੰਘ ਪੀਰ ਮੁਹੰਮਦ ਲੰਬਾ ਸਮਾਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਰਹੇ, ਪ੍ਰਧਾਨ ਰਹੇ, ਹੈਨਾ, ਤੇ ਜਦੋਂ ਸਟੂਡੈਂਟ ਨਹੀਂ ਰਹੇ ਤਾਂ ਵੀ ਇਸ ਜਥੇਬੰਦੀ ਨੂੰ ਆਪਣੇ ਨਾਲ ਲੈ ਕੇ ਤੁਰਦੇ ਰਹੇ, ਕਿਉਂਕਿ ਕੋਈ ਅਹੁਦਾ ਜ਼ਰੂਰ ਚਾਹੀਦਾ ਹੁੰਦਾ। ਤੇ ਫਿਰ ਵੱਖੋ ਵੱਖ ਸੰਗਠਨਾਂ ਵੱਲ ਵੀ ਗਏ ਕਿ ਸ਼ਾਇਦ ਇੱਥੇ ਕੋਈ ਬੂਰ ਪੈ ਜਾਵੇ, ਫਿਰ ਆਖਿਰ ਅਕਾਲੀ ਦਲ ਕੰਨੀ ਨੂੰ ਮੁੜੇ, ਤੇ ਅੱਜ ਕੱਲ੍ਹ ਉਹਨਾਂ ਦੇ ਬੁਲਾਰੇ ਵੀ ਨੇ, ਅੱਜ ਕੱਲ੍ਹ ਉਹਨਾਂ ਦੇ ਮੁੱਖ ਲੀਡਰਾਂ ਚੋਂ ਵੀ ਇੱਕ ਨੇ। ਸੋ ਇਸ ਲਈ ਉਹਨਾਂ ਨੂੰ ਕੋਆਰਡੀਨੇਟਰ ਬਣਾਇਆ, 15 ਉਹਨਾਂ ਨੇ 14 ਮੈਂਬਰ ਹੋਰ ਦਿੱਤੇ, ਚਾਹੇ ਯੂਨੀਵਰਸਿਟੀਆਂ ਦੇ ਨੁਮਾਇੰਦੇ ਦਿੱਤੇ, ਚਾਹੇ ਉਹ ਵੱਖ ਵੱਖ ਦਲਾਂ ਦੇ, ਨਿਹੰਗ ਦਲਾਂ ਦੇ, ਸਿੱਖ ਸੰਗਠਨਾਂ ਦੇ, ਸੰਸਥਾਵਾਂ ਦੇ, ਬੁੱਧੀਜੀਵੀ, ਪੱਤਰਕਾਰ, ਉਹ ਸਾਰਿਆਂ ਨੂੰ ਮਿਲਾ ਕੇ 15 ਮੈਂਬਰੀ ਕਮੇਟੀ ਬਣੀ। ਉਸ ਕਮੇਟੀ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਨੰਦਪੁਰ ਸਾਹਿਬ ਦੇ ਉੱਥੇ ਮੀਟਿੰਗ ਹਾਲ ਦੇ ਵਿੱਚ ਬੈਠਕ ਕੀਤੀ। ਠੀਕ ਹੈ। ਔਰ ਜਿਹੜੀ ਖਾਸ ਗੱਲ ਹੈ ਇਸ ਰਿਪੋਰਟ ਦੀ, ਜਿਹੜੀ ਬੜੀ ਚੰਗੀ ਲੱਗਦੀ ਹੈ ਪ੍ਰਵੀਨ ਜੀ, ਉਹ ਗੱਲ ਜੀ, ਉਹ ਇਹ ਹੈ ਕਿ ਇਕੱਲੇ ਇਕੱਲੇ ਬੰਦੇ ਨੇ ਜਿਹੜੀ ਜਿਹੜੀ ਰਾਏ ਦਿੱਤੀ ਉਹ ਵੱਖਰੀ ਦਰਜ ਹੈ। ਠੀਕ ਹੈ, ਬਾਏ ਨੇਮ। 15-15 ਬੰਦਿਆਂ, 15 ਦੇ 15 ਬੰਦਿਆਂ ਨੇ ਆਪੋ ਆਪਣੀ ਰਾਏ, ਕਿਸੇ ਨੇ ਇੱਕ ਨੁਕਤਾ, ਕਿਸੇ ਨੇ ਦੋ ਨੁਕਤੇ, ਕਿਸੇ ਨੇ ਚਾਰ ਨੁਕਤੇ, ਜਿੰਨੇ ਵੀ ਨੁਕਤੇ ਸੁਝਾਏ ਉਹ ਇਕੱਲੇ ਇਕੱਲੇ ਦੇ ਨਾਮ ਨਾਲ ਦਰਜ ਕੀਤੇ ਗਏ। ਠੀਕ ਹੈ। ਜਦੋਂ ਸਾਰੇ ਵਿਅਕਤੀਆਂ ਦੀ ਰਾਏ ਆ ਗਈ, ਉਸ ਤੋਂ ਬਾਅਦ ਫਿਰ ਇੱਕ ਸਾਂਝਾ ਮਤ ਬਣਾਇਆ ਗਿਆ। ਸਾਂਝੇ ਮਤ ਨਾਲ ਜਿਹੜੇ ਪੁਆਇੰਟ ਉੱਭਰੇ ਉਹ ਫਿਰ ਇਕੱਠੇ ਇੱਕ ਮਤ ਨਾਲ ਲਿਖੇ ਗਏ। ਸੋਹਣੇ, ਰਿਪੋਰਟ ਦੇ ਵਿੱਚ ਇਕੱਲੇ ਇਕੱਲੇ ਦੀ ਰਾਏ ਵੀ ਦਰਜ ਆ। ਠੀਕ ਹੈ। ਔਰ ਇਸ ਰਿਪੋਰਟ ਦੇ ਵਿੱਚ ਸਾਂਝੀ ਰਾਏ ਵੀ ਦਰਜ ਆ। ਸੋ ਫਿਰ ਇਹ ਰਿਪੋਰਟ ਕੰਪਲੀਟ ਕਰਕੇ, ਸੀਲਬੰਦ ਕਰਕੇ ਸਾਰੇ ਮੈਂਬਰਾਂ ਨੇ ਕਰਨੈਲ ਸਿੰਘ ਪੀਰ ਮੁਹੰਮਦ ਨੂੰ ਦਿੱਤੀ। ਕਰਨੈਲ ਸਿੰਘ ਪੀਰ ਮੁਹੰਮਦ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਸੌਂਪੀ। ਸੋ ਹੁਣ 5 ਪਿਆਰਿਆਂ ਦੀ ਦੇਖ ਰੇਖ ਹੇਠ ਲਿਫਾਫਾ ਖੁੱਲਣਾ। ਫਿਰ ਉਹਦੇ ਉੱਤੇ ਇਹ ਫੈਸਲਾ, ਹੁਣ 5 ਪਿਆਰਿਆਂ ਨੂੰ ਅਧਿਕਾਰ ਹੈਗਾ, ਸਿੰਘ ਸਾਹਿਬਾਨਾਂ ਨੂੰ ਅਧਿਕਾਰ ਹੈਗਾ ਕਿ ਉਹ ਸੀਲਬੰਦ ਲਿਫਾਫੇ ਦੇ ਵਿੱਚੋਂ ਜਿਹੜੀ ਰਿਪੋਰਟ ਨਿਕਲੇ ਉਸ ਨੂੰ ਹੂਬਹੂ ਹੁਕਮਨਾਮੇ ਦੇ ਰੂਪ ਦੇ ਵਿੱਚ ਲਾਗੂ ਕਰਾਉਣਾ, ਕਿਹਾ ਜੀ ਕੌਮ ਦੇ ਨਾਮ ਸੁਨੇਹਾ ਸਾਡਾ, ਜਾਂ ਉਸ ਦੇ ਵਿੱਚ ਕੋਈ ਤਬਦੀਲੀ ਕਰਕੇ ਫੈਸਲਾ ਸੁਣਾ। ਪਰ ਪਤਾ ਇਹ ਲੱਗ ਰਿਹਾ ਕਿ ਉਹ ਸੀਲਬੰਦ ਰਿਪੋਰਟ ਇਹੋ ਸੁਨੇਹਾ ਦਿੰਦੀ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਤੁਸੀਂ ਉਹਦਾ ਓਟ ਆਸਰਾ ਤਾਂ ਲੈ ਸਕਦੇ, ਉਹਦੀ ਆੜ ਨਹੀਂ ਲੈਣੀ। ਕਿਉਂਕਿ ਜਦੋਂ ਅਜਨਾਲਾ ਕਾਂਡ ਵਾਪਰਿਆ ਤਦ ਵੀ 3 ਤਰ੍ਹਾਂ ਦੇ ਸੁਨੇਹੇ ਆ ਰਹੇ ਸੀ। ਇੱਕ ਧਿਰ ਕਹਿ ਰਹੀ ਸੀ ਕਿ ਅਸੀਂ ਗੁਰੂ ਸਾਹਿਬ ਦੇ ਆਸਰੇ ਨਾਲ ਚੱਲਦੇ ਹਾਂ, ਗੁਰੂ ਸਾਹਿਬ ਦੀ ਛਤਰ ਛਾਇਆ ਬਿਨਾਂ ਤਾਂ ਆਪਾਂ ਕਿਤੇ ਵੀ ਨਹੀਂ ਹੈਗੇ, ਪਰਮਾਤਮਾ ਹਰ ਥਾਂ ਸਾਡੇ ਨਾਲ ਹੈ, ਜੇ ਗੁਰੂ ਗ੍ਰੰਥ ਸਾਹਿਬ ਲੈ ਗਏ ਫਿਰ ਕੀ ਹੋ ਗਿਆ। ਸੋ ਇਸ ਹਵਾਲੇ ਨਾਲ ਦੂਸਰੀ ਧਿਰ ਇਹ ਕਹਿੰਦੀ ਸੀ ਕਿ ਨਹੀਂ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀਗਾ,
ਕਿ ਇੱਥੇ ਜਾ ਕੇ ਬੇਅਦਬੀ ਵਾਲਾ ਕੰਮ ਹੈ ਤਾਂ ਉੱਥੇ ਸ਼ੀਸ਼ੇ ਟੁੱਟ ਗਏ ਪਾਲਕੀ ਸਾਹਿਬ ਦੇ, ਤੇ ਉਹਦੇ ਨਾਲ ਗੁਰੂ ਗ੍ਰੰਥ ਸਾਹਿਬ ਤੱਕ ਦਾ ਅਪਮਾਨ ਹੋਣ ਦਾ ਖਤਰਾ ਖੜਾ ਹੋ ਗਿਆ, ਕੁਝ ਮਦਭਾਗਾ ਵਾਪਰ ਜਾਂਦਾ, ਕੌਣ ਜ਼ਿੰਮੇਵਾਰ ਸੀ? ਇਸ ਲਈ ਤੁਸੀਂ ਆਸਰਾ ਲੈਣਾ ਕਿ ਆੜ ਲੈਣੀ ਹੈ ਤਾਂ ਆੜ ਸੀ, ਦੂਜੀਆਂ ਧਿਰਾਂ ਇਹ ਵੀ ਬੋਲ ਰਹੀਆਂ ਸੀ। ਤੇ ਵਿੱਚ ਵਿਚਾਲੇ ਕਈ ਇਹ ਵੀ ਕਹਿ ਰਹੇ ਸੀ ਕਿ ਕੋਈ ਗੱਲ ਨੀ ਭਾਈ, ਇਸ ਮਸਲੇ ਨੂੰ ਠੰਡਾ ਪਾ ਦਿਓ ਤਾਂ ਕਿ ਬਾਕੀ ਧਿਰਾਂ ਦੇ ਵਿੱਚ, ਬਾਕੀ ਸਮਾਜ ਦੇ ਵਿੱਚ, ਬਾਕੀ ਫਿਰਕਿਆਂ ਦੇ ਵਿੱਚ, ਦੇਸ਼ ਦੁਨੀਆਂ ਦੇ ਵਿੱਚ ਕੋਈ ਗਲਤ ਸੁਨੇਹਾ ਨਾ ਚਲਾ ਜਾਵੇ ਪੰਥ ਦਾ। ਉਹ ਇਸ ਉੱਤੇ ਮਿੱਟੀ ਵੀ ਪਾਉਣਾ ਚਾਹੁੰਦੀ ਸੀ ਇਸ ਮਸਲੇ ਤੇ ਕਿ ਜਿੰਨੀ ਛੇਤੀ ਮਾਮਲਾ ਠੰਡਾ ਹੋ ਜਾਵੇ। ਪਰ ਇਹ ਸਭ ਦੇ ਦਰਮਿਆਨ ਸਭ ਦੀ ਨਜ਼ਰ ਸ਼੍ਰੋਮਣੀ ਕਮੇਟੀ ਤੇ ਵੀ ਰਹੀ, ਸਭ ਦੀ ਨਜ਼ਰ ਜਥੇਦਾਰਾਂ ਤੇ ਵੀ ਰਹੀ, ਸਿੰਘ ਸਾਹਿਬਾਨਾਂ ਤੇ ਵੀ ਰਹੀ ਕਿ ਭਾਈ ਜਥੇਦਾਰ ਸਾਹਿਬ ਇਸ ਮਸਲੇ ਤੇ ਖੁੱਲ੍ਹ ਕੇ ਪ੍ਰਤੀਕਿਰਿਆ ਕਿਹਨੂੰ ਦੇ ਪਾਉਂਦੇ? ਕੋਈ ਧਿਰ, ਕੋਈ ਵਿਅਕਤੀ, ਕੋਈ ਅਦਾਰਾ, ਕੋਈ ਸੰਗਠਨ ਕਿਸੇ ਮਸਲੇ ਤੇ ਚੁੱਪ ਰਹੇ ਤਾਂ ਸਮਝ ਆਵੇ, ਪਰ ਜਿਹਨਾਂ ਦੀ ਕਾਰਵਾਈ ਉਹ ਇਸੇ ਲਈ ਹੈ, ਜਿਹਨਾਂ ਦੀ ਅਗਵਾਈ ਉਹ ਇਸੇ ਲਈ, ਜਿਹਨਾਂ ਦੀ ਨੁਮਾਇੰਦਗੀ ਉਹ ਇਸੇ ਲਈ, ਜਿਹਨੂੰ ਚੁਣਿਆ ਹੀ ਇਸੇ ਲਈ ਹੈ, ਉਹ ਚੁੱਪ ਕਿਉਂ ਨੇ? ਬਿਲਕੁਲ ਸਹੀ ਹੈ। ਤੇ ਫਿਰ ਇਸ ਜਦੋਂ ਇਹ ਰੋਸਾ ਪਨਪਣ ਲੱਗਿਆ, ਉਹਦੇ ਵਿੱਚੋਂ ਫਿਰ ਇਹ ਕਮੇਟੀ ਜਨਮੀ, ਔਰ ਕਮੇਟੀ ਚੋਂ ਫਿਰ ਇਹ ਰਿਪੋਰਟ ਤਿਆਰ ਹੋਈ, ਰਿਪੋਰਟ ਚੋਂ ਹੁਣ ਸੀਲਬੰਦ ਹੈ। ਪਰ ਚਰਚਾ ਇਹ ਹੈ ਕਿ ਉਹ ਸੀਲਬੰਦ ਰਿਪੋਰਟ ਨੇ ਇਹੀ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਧਰਨੇ ਮੁਜ਼ਾਹਰੇ ਹੈ ਕਬਜ਼ੇ ਵਾਲੀਆਂ ਥਾਵਾਂ ਤੇ ਲਿਜਾਣਾ ਮਰਿਆਦਾ ਗੁਰੂ ਮਰਿਆਦਾ ਅਨੁਸਾਰ ਸਹੀ ਨਹੀਂ ਗਾ। ਸੋ ਇਸ ਲਈ ਉਹਦਾ ਓਟ ਆਸਰਾ ਲਿਓ, ਆੜ ਨਾ ਲਿਓ, ਅਜਿਹਾ ਫੈਸਲਾ ਕਹਿੰਦੀ ਕਮੇਟੀ ਨੇ ਸੁਣਾਇਆ। ਪਰ ਹੁਣ ਜਥੇਦਾਰ ਸਾਹਿਬਾਨ, ਪੰਜ ਸਿੰਘ ਸਾਹਿਬਾਨ ਕੀ ਫੈਸਲਾ ਸੁਣਾਉਂਦੇ, ਇਹਦੇ ਪਰ ਨਜ਼ਰ ਰਹੇਗੀ ਜਦੋਂ ਲਿਫਾਫਾ ਖੁੱਲੇਗਾ। ਜੀ ਜੀ।